Watching Channel Y. Channel Y, a South Asian Canadian channel. ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ। ਅੱਜ ਵਾਈ ਮੀਡੀਆ ਦੀ ਟੀਮ ਆਪਣੇ ਸੋਫਾ ਸਟੂਡੀਓ 'ਤੇ ਪਹੁੰਚੀ ਹੋਈ ਆ ਅਤੇ ਆਪਾਂ ਆਪਣੇ ਲਿਸਨਰਸ ਨੂੰ ਜਾਂ ਸੁਣਨ ਵਾਲੇ ਵਿਊਅਰਸ ਨੂੰ ਜਿੰਨੇ ਵੀ ਦੇਖ ਰਹੇ ਆ ਸਾਰਿਆਂ ਨੂੰ ਸੋਫਿਆਂ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਆ ਕਿ ਜਦੋਂ ਤੁਸੀਂ ਸੋਫਾ ਚੂਜ਼ ਕਰਨਾ ਆ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਮੇਨ ਧਿਆਨ ਰੱਖਣਾ ਆ। ਹੁਣ ਤੁਸੀਂ ਨਾਲ ਅੰਦਰ ਆ ਜਾਓ, ਅੰਦਰ ਆਣ ਕੇ ਕੁਝ ਤੁਹਾਨੂੰ ਡਿਜ਼ਾਇਨ ਵੀ ਦਿਖਾਉਂਦੇ ਆ ਅਤੇ ਨਾਲ ਕੁਝ ਉਹਨਾਂ ਦੀ ਕੁਆਲਿਟੀ ਦਾ ਤੁਹਾਨੂੰ ਦੱਸਦੇ ਆ, ਜਦ ਤੁਹਾਨੂੰ ਆਈਡੀਆ ਹੋ ਜਾਵੇ ਕਿ ਕੋਈ ਤੁਹਾਨੂੰ ਕਿਤੇ ਕੋਈ ਫਰੋਡ ਨਾ ਕਰੇ ਸੋਫਿਆਂ ਦੇ ਵਿੱਚ। ਆਪਾਂ ਸੋਫਾ ਸਟੂਡੀਓ ਦੇ ਅੰਦਰ ਆ ਗਏ ਹਾਂ। ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਆਪਣੀ ਪਹਿਲਾਂ ਵੀ ਐਡ ਚੱਲਦੀ ਰਹਿੰਦੀ ਆ ਕਿ ਅਸੀਂ ਹਮੇਸ਼ਾ ਹੀ ਇੱਥੇ ਸੋਫਾ ਸਟੂਡੀਓ 'ਤੇ ਕੁਆਲਿਟੀ ਦੀ ਹੀ ਗੱਲ ਕਰਦੇ ਹਾਂ, ਕਦੀ ਵੀ ਅਸੀਂ ਸੇਲ ਜਾਂ ਡਿਸਕਾਊਂਟ ਦਾ ਲਾਲਚ ਨਹੀਂ ਦਿੱਤਾ। ਸੋ ਸੋਫਾ ਸਟੂਡੀਓ ਇੱਕ ਇਹੋ ਜਿਹਾ ਸਟੋਰ ਆ ਜਿੱਥੇ ਆਪਾਂ ਰਿਟਰਨ ਫੋਮ ਦੀ, ਫਰੇਮ ਦੀ, ਸਪਰਿੰਗਾਂ ਦੀ ਵਾਰੰਟੀ ਦਿੰਦੇ ਹਾਂ ਅਤੇ ਜਿਹਦੇ ਕਰਕੇ ਬਾਬਾ ਜੀ ਦੀ ਮਿਹਰ ਦੇ ਨਾਲ ਅੱਜ ਆਪਣਾ ਸਟੋਰ ਬਹੁਤ ਜ਼ਿਆਦਾ ਬਿਜ਼ੀ ਵੀ ਹੈਗਾ ਵਾ। ਸੋ ਜੇ ਤੁਸੀਂ ਵੀ ਚਾਹੁੰਦੇ ਜੇ ਕਿ ਇਹੋ ਜਿਹੇ ਹੰਡਣਸਾਰ ਸੋਫੇ ਬਣਾਉਣੇ ਆ, ਉਹਦੀ ਅੱਜ ਤੁਹਾਨੂੰ ਨੌਲੇਜ ਦੇਣੀ ਹੈ। ਇੱਥੇ ਸਿਰਫ ਇਹ ਨੌਲੇਜ ਵਾਸਤੇ ਟੂਰ ਹੈ, ਕੋਈ ਸੇਲ ਵਾਲਾ ਟੂਰ ਨਹੀਂ ਹੈ। ਜੇ ਤਾਂ ਤੁਹਾਨੂੰ ਪਤਾ ਲੱਗ ਜੂ ਕਿ ਤੁਸੀਂ ਕਿਤੇ ਵੀ ਸੋਫਾ ਲੈਣ ਜਾਣਾ ਵਾ, ਕਿਹੜੀਆਂ 5, 7, 10 ਚੀਜ਼ਾਂ ਦਾ ਧਿਆਨ ਰੱਖਣਾ ਵਾ ਕਿ ਸੋਫੇ ਤੁਹਾਨੂੰ ਵਧੀਆ ਮਿਲਣ। ਹਾਂਜੀ, ਜਦੋਂ ਕੋਈ ਵੀ ਭੈਣ ਭਰਾ ਸੋਫਾ ਸਟੂਡੀਓ 'ਤੇ ਆਉਂਦਾ ਵਾ, ਅਸੀਂ ਆਉਂਦਿਆਂ ਨੂੰ ਪਹਿਲਾਂ 2 ਕੁਐਸਚਨ ਪੁੱਛਦੇ ਹਾਂ ਕਿ ਉਹਨਾਂ ਨੇ ਫੈਮਿਲੀ ਰੂਮ ਵਾਸਤੇ ਲੈਣਾ ਜਾਂ ਗੈਸਟ ਰੂਮ ਵਾਸਤੇ ਲੈਣਾ ਆ, ਅਤੇ ਸੈਕਿੰਡ ਕੁਐਸਚਨ ਹੁੰਦਾ ਕਿ ਫੈਬਰਿਕ 'ਚ ਲੈਣਾ ਜਾਂ ਲੈਦਰ ਵਿੱਚ ਲੈਣਾ। ਹੁਣ ਜਦੋਂ ਤੁਸੀਂ ਖਾਸ ਕਰਕੇ ਗੈਸਟ ਰੂਮ ਦੇ ਜਿਹੜੇ ਡਿਜ਼ਾਇਨ ਆ, ਉੱਥੇ ਇੱਦਾਂ ਦੇ ਕ੍ਰਿਸਟਲ ਵਾਲੇ ਡਿਜ਼ਾਇਨ ਜਾਂ ਜਿੱਦਾਂ ਇਹ ਪਿੱਛੇ ਸੋਫਾ ਪਿਆ ਵਾ ਜਾਂ ਹੋਰ ਜਿਹੜੇ ਇੱਥੇ ਡਿਜ਼ਾਇਨ ਪਏ ਕ੍ਰਿਸਟਲ ਵਾਲੇ, ਇੱਦਾਂ ਦੇ ਮਾਡਰਨ ਜਾਂ ਟਫਟਿੰਗ ਵਾਲੇ ਜਿਹੜੇ ਥੋੜ੍ਹੇ ਜਿਹੇ ਅੱਖਾਂ ਨੂੰ ਖਿੱਚਦੇ ਆ, ਇੱਦਾਂ ਦੇ ਡਿਜ਼ਾਇਨ ਤੁਸੀਂ ਰੱਖ ਸਕਦੇ ਹੋ। ਪਰ ਫੈਮਿਲੀ ਰੂਮ ਦੇ ਵਿੱਚ ਅਸੀਂ ਹਮੇਸ਼ਾ ਇਹ ਰਿਕਮੈਂਡ ਕਰਦੇ ਹਾਂ ਕਿ ਸੋਬਰ, ਸਿੰਪਲ ਅਤੇ ਥੋੜ੍ਹਾ ਜਿਹਾ ਉਹਦੇ ਵਿੱਚ ਕੁਝ ਡਿਟੇਲ ਹੋਵੇ ਜਿਹਦੇ ਨਾਲ ਸੋਫਾ ਰਿਚ ਲੱਗੇ ਪਰ ਅੱਖਾਂ 'ਚ ਨਾ ਵੱਜੇ, ਉੱਦਾਂ ਦਾ ਡਿਜ਼ਾਇਨ ਹੋਣਾ ਚਾਹੀਦਾ ਹੈ। ਮੇਨ ਤੁਸੀਂ ਜਦੋਂ ਫੈਮਿਲੀ ਰੂਮ ਦੇ ਵਿੱਚ ਖਾਸ ਕਰਕੇ ਜਿੱਥੇ ਡੇਲੀ ਯੂਜ਼ ਕਰਨਾ ਆਪਾਂ, ਲੰਮੇ ਵੀ ਪੈਣਾ ਹੁੰਦਾ, ਬਹਿਣਾ ਵੀ ਹੁੰਦਾ, ਟੀ ਵੀ ਦੇਖਣਾ ਹੁੰਦਾ, ਉੱਥੇ ਤੁਸੀਂ ਆ ਫੋਮ ਦਾ ਧਿਆਨ ਰੱਖਣਾ ਵਾ। ਫੋਮ ਹਮੇਸ਼ਾ ਹੀ ਹਾਈ ਡੈਂਸਿਟੀ ਹੋਣੀ ਚਾਹੀਦੀ ਆ ਤਾਂ ਕਿ ਤੁਸੀਂ ਜ਼ਿਆਦਾ ਦੇਰ ਤੱਕ ਬੈਠੋ ਤਾਂ ਇੱਦਾਂ ਨਹੀਂ ਕਿ ਆਫਟਰ ਸਮ ਟਾਈਮ ਉਹਦੇ ਵਿੱਚ ਟੋਇਆ ਪੈ ਜਾਂ ਫੋਮ ਥੱਲੇ ਬੈਟਰੀ ਸਟਾਰਟ, ਬਿਲਕੁਲ ਵੀ ਫੋਮ 1 ਇੰਚ ਤੱਕ ਵੀ ਥੱਲੇ ਨਹੀਂ ਜਾਂਦੀ ਕਿਉਂਕਿ ਇਹਦੇ ਵਿੱਚ ਹਾਈ ਡੈਂਸਿਟੀ 2.5 pound ਦੀ ਫੋਮ ਪਈ ਆ। ਜਿਹਦੀ ਆਪਾਂ ਰਿਟਰਨ ਵਾਰੰਟੀ 5 ਸਾਲ ਤੱਕ ਦਿੰਦੇ, ਉੱਦਾਂ 7, 8, 10 ਸਾਲ ਤੱਕ ਇਹਨੂੰ ਕੁਝ ਨਹੀਂ ਹੁੰਦਾ। ਇੱਦਾਂ ਦੀ ਫੋਮ ਤੁਸੀਂ ਰੱਖਣੀ ਆ। ਇਹਦੇ ਥੱਲੇ ਜਿਹੜੇ ਸਪਰਿੰਗ ਪਏ ਆ, ਸਪਰਿੰਗਾਂ ਦਾ ਵੀ ਤੁਸੀਂ ਧਿਆਨ ਰੱਖਣਾ ਵਾ ਕਿ ਉਹ ਵੀ ਐਸ ਕੋਇਲ ਵਧੀਆ ਛੋਟੇ ਛੋਟੇ ਗੈਪ ਦੇ ਵਿੱਚ ਪਾਏ ਹੋਣ ਤਾਂ ਕਿ ਇੱਦਾਂ ਨਹੀਂ ਕਿ ਫੋਮ ਉੱਪਰ ਵਧੀਆ ਪਾਈ ਆ ਅਤੇ ਸਪਰਿੰਗ ਮਾੜੇ ਆ ਅਤੇ ਫਿਰ ਵੀ ਸੋਫੇ ਨੇ ਵਿੱਚ ਚੱਲ ਜਾਣਾ। ਅਤੇ ਥਰਡ ਥਿੰਗ ਆ ਕਿ ਜਿਹੜਾ ਸੋਫੇ ਦਾ ਫਰੇਮ ਆ ਉਹ ਪੂਰਾ ਸੋਲਿਡ ਵੁੱਡ ਦਾ ਹੋਣਾ ਚਾਹੀਦਾ ਆ ਕਿ ਉਹਦੇ ਵਿੱਚ ਜਦੋਂ ਇੱਕ ਵਾਰੀ ਜਿਹੜੇ ਨੇਲ ਆ ਸਪਰਿੰਗ ਪਾਉਣ ਦੇ ਲੱਗ ਗਏ ਆ ਉਹ ਬੁਰਾ ਨਹੀਂ ਹੋਣਾ ਚਾਹੀਦਾ ਕਿ ਉਹ ਆਫਟਰ ਸਮ ਟਾਈਮ ਵਿੱਚੋਂ ਨਿਕਲਣੇ ਸਟਾਰਟ ਹੋ ਗਿਆ। ਫਿਰ ਜਿੱਦਾਂ ਸੈਕਸ਼ਨਲ ਸੋਫੇ ਜਿਨ੍ਹਾਂ ਨੇ ਲੈਣੇ ਹੁੰਦੇ ਆ ਉਹਦੇ ਵਾਸਤੇ ਹਮੇਸ਼ਾ ਅਸੀਂ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਆਰਮ ਜਿਹੜੀ ਆ ਉਹ ਘੱਟ ਤੋਂ ਘੱਟ ਸਾਈਜ਼ ਦੀ ਲਓ ਤਾਂ ਕਿ ਤੁਹਾਡੀ ਜਗ੍ਹਾ ਨਾ ਜ਼ਿਆਦੀ ਉਹ ਆਰਮ ਜਗ੍ਹਾ ਨਾ ਜ਼ਿਆਦਾ ਲਵੇ, ਵਿੱਚ ਸਿਟਿੰਗ ਤੁਹਾਨੂੰ ਜ਼ਿਆਦਾ ਮਿਲੇ। ਇਸ ਤਰ੍ਹਾਂ ਦੀ ਜਿੱਦਾਂ ਫਲੈਟ ਆਰਮ ਜਾਂ ਸਲੋਪ ਵਾਲੀ ਆਰਮ, ਮਾਡਰਨ ਇੱਦਾਂ ਦੀ ਆਰਮ ਦੇ ਵਿੱਚ ਡਿਜ਼ਾਈਨ ਅੱਜ ਕੱਲ੍ਹ ਜ਼ਿਆਦਾ ਚੱਲਦੇ ਆ। ਜਿੱਦਾਂ ਪਹਿਲੇ ਟ੍ਰੈਡੀਸ਼ਨਲ ਹੁੰਦੇ ਸੀ ਵੱਡੀਆਂ ਵੱਡੀਆਂ ਗੋਲ ਬਾਹਾਂ ਜਾਂ ਪਿੱਲੋ ਟੌਪ ਵਾਲੀਆਂ ਬਾਹਾਂ, ਉੱਦਾਂ ਦੀਆਂ ਕੋਈ ਨਹੀਂ ਲੈਂਦੇ। ਤੁਸੀਂ ਕਿਸੇ ਵੀ ਸਟੋਰ 'ਤੇ ਜਾਣਾ ਵਾ, ਇਹ 3-4 ਚੀਜ਼ਾਂ ਦਾ ਧਿਆਨ ਰੱਖੋਗੇ ਕਿ ਤੁਹਾਡੀ ਉਸੇ ਜਗ੍ਹਾ ਦੇ ਵਿੱਚ ਮਾਡਰਨ ਲੁੱਕ ਆਜੂਗੀ ਅਤੇ ਫੋਮ ਫਰੇਮ ਸਪਰਿੰਗ ਤੁਸੀਂ ਕੱਪੜਾ ਵਧੀਆ ਲਵਾ ਲਿਆ ਅਤੇ ਸੋਫੇ ਤੁਹਾਡੇ ਨੇ ਕਿਤੇ ਨਹੀਂ ਜਾਣਾ ਜਿੰਨੇ ਮਰਜ਼ੀ ਸਾਲ ਤੁਸੀਂ ਚੂਜ਼ ਕਰੀ ਜਾਓ। ਹੁਣ ਅਸੀਂ ਤੁਹਾਨੂੰ ਆਪਣੀ ਵੈਬਸਾਈਟ ਵੀ ਅਸੀਂ ਇੱਕ ਕ੍ਰੀਏਟ ਕੀਤੀ, ਉਹਦੇ ਵਿੱਚ ਇੱਕ ਸੋਫਟਵੇਅਰ ਇਹੋ ਜਿਹਾ ਪਾਇਆ ਵਾ ਜਿਹਦੇ ਵਿੱਚ ਤੁਸੀਂ ਸਟੈਪ ਬਾਏ ਸਟੈਪ ਆਪਣਾ ਸੋਫਾ ਚੂਜ਼ ਕਰ ਸਕਦੇ ਹੋ ਵੀ ਤੁਸੀਂ ਕਿੱਦਾਂ ਦੀ ਆਰਮ ਲੈਣੀ ਆ, ਬੈਕ ਵਿੱਚ ਹਾਰਡ ਫੋਮ ਪਾਉਣੀ ਆ, ਸੋਫਟ ਪਾਉਣੀ ਆ, ਲੈਗਜ਼ ਕਿੱਦਾਂ ਦੀਆਂ ਲੈਣੀਆਂ ਆ, ਫੈਬਰਿਕ 'ਚ ਲੈਣਾ ਆ, ਕੱਪੜੇ 'ਚ ਲੈਣਾ ਆ, ਐਲ ਸ਼ੇਪ ਲੈਣਾ ਆ ਜਾਂ ਯੂ ਸ਼ੇਪ ਲੈਣਾ ਆ ਵਾ ਜਾਂ ਲੈਦਰ ਵਿੱਚ ਬਣਾਉਣਾ ਆ, ਉਹ ਵੈਬਸਾਈਟ ਦੇ ਉੱਪਰ ਜਿੱਦਾਂ ਆਪਾਂ ਪੀਜ਼ਾ ਆਰਡਰ ਕਰੀਦਾ ਸਟੈਪ ਬਾਏ ਸਟੈਪ ਉੱਦਾਂ ਤੁਸੀਂ ਆਰਡਰ ਕਰ ਸਕਦੇ ਹੋ। ਮੈਂ ਤੁਹਾਨੂੰ ਉਹਦਾ ਥੋੜ੍ਹਾ ਜਿਹਾ ਇੱਕ ਡੈਮੋ ਦਿਖਾ ਦੂੰਗਾ, ਤੁਹਾਨੂੰ ਆਈਡੀਆ ਹੋ ਜਾਊਗਾ ਵਿਦਇਨ 5 ਮਿੰਟਸ ਦੇ ਵਿੱਚ ਤੁਹਾਡੀ ਕੋਟੇਸ਼ਨ ਨਿਕਲ ਜਾਂਦੀ ਹੋਈ। ਹੁਣ ਜਦੋਂ ਆਪਾਂ ਵੈਬਸਾਈਟ ਖੋਲ੍ਹਣੀ ਆ, ਵੈਬਸਾਈਟ ਦੇ ਵਿੱਚ ਆਪਾਂ ਜਾ ਕੇ ਕ੍ਰੀਏਟ ਯੂਅਰ ਓਨ ਸੋਫਾ 'ਤੇ ਜਾਣਾ। ਵੈਬਸਾਈਟ ਹੈਗੀ ਆ sofastudio.ca ਤੇ ਜਾ ਕੇ ਕ੍ਰੀਏਟ ਯੂਅਰ ਓਨ ਸੋਫਾ 'ਤੇ ਜਾਣਾ ਆ। ਕ੍ਰੀਏਟ ਯੂਅਰ ਓਨ ਸੋਫਾ 'ਤੇ ਅੱਗੇ ਆਪਣੇ ਕੋਲ ਆਪਸ਼ਨਸ ਆਉਣੀਆਂ ਵਾ, ਯੂ ਸ਼ੇਪ ਲੈਣਾ ਆ, ਸੈਕਸ਼ਨਲ ਲੈਣਾ ਆ ਜਾਂ ਨੋਰਮਲ ਸੋਫਾ ਸੈੱਟ ਲੈਣਾ ਆ ਅਤੇ ਜਾਂ ਕੋਰਨਰ ਐਲ ਸ਼ੇਪ ਲੈਣਾ। ਫੋਰ ਐਗਜ਼ਾਮਪਲ ਆਪਾਂ ਯੂਜ਼ ਕਰ ਲਿਆ ਵੀ ਅਸੀਂ ਸੈਕਸ਼ਨਲ ਸੋਫਾ ਲੈਣਾ ਆ, ਹੁਣ ਸੈਕਸ਼ਨਲ ਆਉਣਾ ਕਿ ਲੈਫਟ ਸਾਈਡ ਉਹਦੀ ਸ਼ੇਜ਼ ਲੈਣੀ ਆ ਕਿ ਰਾਈਟ ਸਾਈਡ ਸ਼ੇਜ਼ ਲੈਣੀ ਆ। ਇਸ ਤੋਂ ਬਾਅਦ ਰਾਈਟ ਸਾਈਡ ਸ਼ੇਜ਼ ਆਪਾਂ ਚੂਜ਼ ਕਰ ਲਈ, ਰਾਈਟ ਸਾਈਡ ਚੂਜ਼ ਕਰਕੇ ਉਹਦੇ ਵਿੱਚ ਇੱਥੇ ਆਪਾਂ ਸਾਈਜ਼ ਪਾ ਦੇਣਾ ਵਾ ਕਿ ਜਿੱਦਾਂ ਸਾਨੂੰ 120x1 ਸਾਈਜ਼ ਚਾਹੀਦਾ ਹੈ ਅਤੇ ਜਿਹੜੀ ਸ਼ੇਜ਼ ਆ ਉਹ 16 ਇੰਚ ਦੀ ਚਾਹੀਦੀ ਆ। ਆਰਮ ਦੀ ਵਿਡਥ ਤੁਸੀਂ ਕਿੰਨੀ ਲੈਣੀ ਇਹ ਵੀ ਤੁਸੀਂ ਚੂਜ਼ ਕਰ ਲੈਣੀ ਆ। ਉਹ ਤੋਂ ਬਾਅਦ ਨੈਕਸਟ ਮਟੀਰੀਅਲ ਲੈਣਾ ਕਿ ਤੁਸੀਂ ਮਟੀਰੀਅਲ ਕਿਹੜਾ ਚੂਜ਼ ਕਰਨਾ ਹੈ, ਫੈਬਰਿਕ, ਲੈਦਰ ਜਾਂ ਵੈਲਵਟ। ਫੋਰ ਐਗਜ਼ਾਮਪਲ ਆਪਾਂ ਫੈਬਰਿਕ ਦੇ ਉੱਪਰ ਕਲਿੱਕ ਕਰ ਲਿਆ, ਇਹ ਫੈਬਰਿਕ ਦੇ ਵਿੱਚ ਸਾਰੇ ਕਲਰ ਆ ਜਾਣੇ ਆ। ਇਸ ਕਲਰ ਦੇ ਵਿੱਚ ਫੋਰ
ਸੀ ਬਰੀਜ਼ ਕਲਰ ਚੂਜ਼ ਕਰ ਲਿਆ ਜੋ ਟੀਲ ਰੰਗ ਦਾ ਆ। ਇਹਦੇ ਵਿੱਚ ਫਿਰ ਆਪਣੀ ਹੁਣ ਆਰਮ ਚੂਜ਼ ਕਰਨੀ ਆ ਕਿ ਆਰਮ ਆਪਾਂ ਸਟਰੇਟ ਲੈਣੀ ਆ, ਰਾਊਂਡ ਲੈਣੀ ਆ, ਜਾਂ ਉੱਪਰੋਂ ਜਿਹੜੀ ਸਲੋਪ ਆਰਮ ਹੁੰਦੀ ਆ ਉਹ ਵਾਲੀ ਲੈਣੀ ਆ। ਇਹਦੇ 'ਤੇ ਆਪਾਂ ਸਟਰੇਟ ਆਰਮ ਚੂਜ਼ ਕਰਦੇ ਹਾਂ। ਇਸ ਤੋਂ ਬਾਅਦ ਆਰਮ ਦੀ ਹਾਈਟ ਆ ਗਈ, ਲੋਅ ਲੈਣੀ, ਮੀਡੀਅਮ ਲੈਣੀ ਜਾਂ ਹਾਈ ਲੈਣੀ ਆ। ਅਸੀਂ ਜ਼ਿਆਦਾਤਰ ਰਿਕਮੈਂਡ ਕਰਦੇ ਕਿ ਮੀਡੀਅਮ ਲਓ, ਉਹ ਦੋਵਾਂ ਥਾਵਾਂ 'ਤੇ ਕੰਮ ਆ ਜਾਂਦੀ ਆ। ਫਿਰ ਉਸ ਤੋਂ ਬਾਅਦ ਬੈਕ ਕਿੱਦਾਂ ਦੀ ਲੈਣੀ, ਬੈਕ ਦੇ ਵਿੱਚ ਤੁਸੀਂ ਕ੍ਰਿਸਟਲ ਲਵਾਉਣੇ ਆ, ਬਟਨ ਵਾਲੀ ਟਫਟਿੰਗ ਕਰਾਉਣੀ ਆ, ਜਾਂ ਨੋਰਮਲ ਕੁਸ਼ਨ ਬੈਕ ਲੈਣੀ ਆ, ਜਾਂ ਟਾਈਟ ਬੈਕ ਲੈਣੀ ਵੀ ਜਿਹਦੀ ਬੈਕ ਨਾਲ ਹੀ ਪਿੱਛੇ ਸੀਤੀ ਹੁੰਦੀ ਆ। ਕੁਸ਼ਨ ਬੈਕ ਦੇ ਵਿੱਚ ਹੁਣ ਕੋਰਨਰ ਤੁਸੀਂ ਐੱਲ ਸ਼ੇਪ ਲੈਣਾ ਵਾ ਕਿ ਗੋਲ ਪਾਈ ਵਾਲਾ ਲੈਣਾ ਵਾ। ਪਾਈ ਵਾਲੇ ਕੋਰਨਰ ਦਾ ਇਹ ਫਾਇਦਾ ਆ, ਪਾਈ ਵਾਲੇ ਕੋਰਨਰ ਦੇ ਵਿੱਚ ਇਨ ਕੇਸ ਤੁਹਾਡੇ ਕੋਲ ਪਿੱਛੇ ਕੋਨੇ ਦੇ ਵਿੱਚ ਪਿੱਲਰ ਆ ਕੋਈ 10x10 ਇੰਚ ਦਾ ਜਾਂ 12x12 ਇੰਚ ਦਾ, ਪਾਈ ਵਾਲਾ ਕੋਰਨਰ ਉਸ ਚੀਜ਼ ਨੂੰ ਕਵਰ ਕਰ ਲੈਂਦਾ। ਇਹ ਜਗ੍ਹਾ ਥੋੜ੍ਹੀ ਜਿਹੀ ਜ਼ਿਆਦਾ ਲੈਂਦਾ, ਪਰ ਉਸ ਸੀਟ ਦੇ ਉੱਪਰ ਤੁਸੀਂ ਬੈਠ ਸਕਦੇ ਹੋ। 90° ਕੋਰਨਰ ਉਸ ਵਾਸਤੇ ਆ ਕਿ ਜਿੱਥੇ ਤੁਹਾਡਾ ਕੋਰਨਰ ਪੂਰਾ ਕੋਨੇ ਦਾ ਵਾ, ਉੱਥੇ ਤੁਸੀਂ 90° ਵਾਲਾ ਵੀ ਲੈ ਸਕਦੇ ਹੋ ਅਤੇ ਪਾਈ ਵਾਲਾ ਵੀ ਲੈ ਸਕਦੇ ਹੋ। ਉਹਦੇ ਪਲੱਸ ਮਾਈਨਸ ਤੁਸੀਂ ਸ਼ਾਇਦ ਸਾਨੂੰ ਕਾਲ ਕਰ ਸਕਦੇ ਹੋ, ਜਾਂ ਤੁਸੀਂ ਇੱਥੇ ਵੀ ਆ ਜਾਓਗੇ ਤਾਂ ਤੁਹਾਨੂੰ ਪ੍ਰੋਪਰ ਸਮਝਾ ਦਾਂਗੇ ਕਿ ਪਾਈ ਦਾ ਅਤੇ ਕੋਨੇ ਦਾ ਕੀ ਫਾਇਦਾ। ਇੱਥੇ ਆਪਾਂ ਹੁਣ 90° ਵਾਲਾ ਚੂਜ਼ ਕਰ ਰਹੇ ਹਾਂ। ਫਿਰ ਆਪਾਂ ਹੁਣ ਸੀਟ ਦੀ ਹਾਰਡਨੈਸ ਚੂਜ਼ ਕਰਨੀ ਆ, ਜਿਹਦੇ ਉੱਪਰ ਬੈਠਣਾ ਆ। ਹਾਰਡ ਲੈਣੀ ਆ, ਮੀਡੀਅਮ ਲੈਣੀ ਜਾਂ ਸੋਫਟ ਲੈਣੀ ਆ। ਫੈਮਿਲੀ ਰੂਮ ਵਾਸਤੇ ਹਾਰਡ ਰਿਕਮੈਂਡਡ ਆ, ਗੈਸਟ ਰੂਮ ਵਾਸਤੇ ਸੋਫਟ ਰਿਕਮੈਂਡਡ ਆ। ਫਿਰ ਇਸੇ ਤਰ੍ਹਾਂ ਹੀ ਬੈਕ ਦੀ ਹਾਰਡਨੈਸ ਚੂਜ਼ ਕਰਨੀ ਆ। ਹੁਣ ਅੱਗੇ ਲੈਗਸ ਦੀ ਹਾਈਟ ਕਿੰਨੀ ਲੈਣੀ, ਤੁਸੀਂ 4 ਇੰਚ ਲੈਣੀ ਆ ਜਾਂ 2.5 ਇੰਚ ਲੈਣੀ ਆ। ਐਂਡ ਦੇ ਉੱਪਰ ਤੁਹਾਡਾ ਸਾਰੇ ਦਾ ਸਾਰਾ ਆ ਜੋ ਕੁਝ ਆਪਾਂ ਚੂਜ਼ ਕੀਤਾ ਵਾ ਉਹਦੀ ਪ੍ਰਾਈਜ਼ ਨਿਕਲ ਕੇ ਆ ਜਾਣੀ ਵੀ ਆਪਾਂ ਕਿੰਨੇ ਬਾਏ ਕਿੰਨੇ ਸਾਈਜ਼ ਦਾ ਬਣਾਇਆ ਸੀ ਅਤੇ ਉਹਦੀ ਕਿੰਨੀ ਪ੍ਰਾਈਜ਼ ਆ। ਆਹ ਚੀਜ਼ਾਂ ਆਪਾਂ ਚੂਜ਼ ਕੀਤੀਆਂ ਸੀ, ਇਹ ਤੁਸੀਂ ਆਪਣੇ ਕੋਲ ਪ੍ਰਿੰਟ ਕਰਕੇ ਵੀ ਰੱਖ ਸਕਦੇ ਹੋ, ਔਨਲਾਈਨ ਵੀ ਔਡਰ ਕਰ ਸਕਦੇ ਜੇ ਤੁਸੀਂ ਥੋੜ੍ਹਾ ਦੂਰ ਤੋਂ ਦੇਖ ਰਹੇ ਹੋ। ਜੇ ਤੁਸੀਂ ਲੋਕਲ ਦੇਖ ਰਹੇ ਹੋ ਤਾਂ ਇਹੋ ਸੇਮ ਔਡਰ ਦੀ ਕਾਪੀ ਲੈ ਕੇ ਤੁਸੀਂ ਸਟੋਰ 'ਤੇ ਆ ਸਕਦੇ ਹੋ ਅਤੇ ਇੱਥੇ ਤੁਹਾਨੂੰ ਪ੍ਰੋਪਰ ਡਿਟੇਲ 'ਚ ਦੱਸ ਦਾਂਗੇ ਵੀ ਤੁਸੀਂ ਆਹ ਚੀਜ਼ਾਂ ਚੂਜ਼ ਕੀਤੀਆਂ ਸੀ। ਹੁਣ ਮੈਂ ਆਪਣੇ ਵਨ ਆਫ ਦਾ ਬੈਸਟ ਸੈਲਿੰਗ ਜਿਹੜਾ ਸੈਕਸ਼ਨਲ ਸੋਫਾ ਵਾ ਜਿਹਦੇ ਵਿੱਚ ਜ਼ਿਆਦਾਤਰ ਆਪਣੇ ਫੈਮਿਲੀ ਰੂਮ 'ਚ ਸੋਫਾ ਬਣਾਉਂਦੇ ਆ, ਫੋਮ ਬੈਕ ਵਾਲਾ ਸੋਫਾ ਆ, ਸੀਟਾਂ ਦੇ ਵਿੱਚ ਵੀ ਫੋਮ ਆ। ਤੁਸੀਂ ਇਹ ਗੱਲ ਜੇ ਕਿਸੇ ਤੋਂ ਵੀ ਤੁਸੀਂ ਸਟੋਰ ਤੋਂ ਸੋਫਾ ਲੈ ਰਹੇ ਹੋ, ਜੇ ਤੁਸੀਂ ਇੱਥੇ ਪਿੱਛੇ ਫੋਮ ਬੈਕ ਵਾਲਾ ਸੋਫਾ ਲੈਣਾ ਆ, ਇਸ ਚੀਜ਼ ਦਾ ਧਿਆਨ ਰੱਖਿਓ ਵੀ ਇਹਦੇ ਵਿੱਚ ਲੂਜ਼ ਕੋਟਨ ਜਾਂ ਰੂ ਨਾ ਪਾਇਆ ਹੋਵੇ। ਉਹ ਕਿਉਂਕਿ ਆਫਟਰ ਸਮ ਟਾਈਮ ਤੁਸੀਂ ਦੇਖਣਾ ਕਿ ਸੋਫੇ ਬਹੁਤ ਪੁਰਾਣੇ ਲੱਗਣ ਲੱਗ ਪੈਂਦੇ, ਬੈਕ ਦੇ ਉੱਪਰੋਂ ਇੱਦਾਂ ਢਿਲਕ ਜੇ ਜਾਂਦੇ ਆ, ਉੱਪਰੋਂ ਲੂਜ਼ ਜੇ ਹੋ ਜਾਂਦੇ ਹੋ, ਇੱਦਾਂ ਲੱਗਦਾ ਕਿ ਸੋਫੇ ਨੂੰ ਬਹੁਤ ਦੇਰ ਹੋ ਗਈ। ਜੇ ਬੈਕ ਵਿੱਚ ਵੀ ਤੁਸੀਂ ਹਾਈ ਡੈਂਸਟੀ ਫੋਮ ਵੀ ਪਾਓਗੇ, ਸੇਮ ਲਾਈਕ ਸੀਟਸ, ਅਤੇ ਸੋਫਾ ਤੁਹਾਡਾ ਬਹੁਤ ਜ਼ਿਆਦਾ ਸਾਲਾਂ ਤੱਕ ਕਲੀਨ ਲੁੱਕ ਦਊਗਾ ਕਿ ਜਿੱਦਾਂ ਨਵਾਂ ਨਵਾਂ ਸੋਫਾ ਲੱਗਦਾ। ਅਤੇ ਅਨਦਰ ਥਿੰਗ ਇਹ ਆ, ਇਹਨਾਂ ਇਸ ਸੋਫੇ ਦੀ ਇਹ ਸੋਫਾ ਜ਼ਿਆਦਾ ਹੈਗਾ ਫੈਮਿਲੀ ਰੂਮ ਵਾਸਤੇ। ਤੁਸੀਂ ਆਹ ਜਿਹੜੀ ਡੈਪਥ ਹੈ ਇਹਦਾ ਧਿਆਨ ਰੱਖਣਾ ਵਾ ਕਿ ਆਪਣੀ ਹਾਈਟ ਦੇ ਹਿਸਾਬ ਨਾਲ ਤੁਹਾਡੀ ਡੈਪਥ ਸਹੀ ਹੋਵੇ। ਜ਼ਿਆਦਾ ਜੇ ਡੀਪ ਸੋਫਾ ਵੀ ਹੋਊਗਾ ਤਾਂ ਬੈਕ ਵਿੱਚ ਤੁਹਾਡੇ ਇੱਥੇ ਬੈਕ ਪੇਨ ਹੋਣੀ ਸਟਾਰਟ ਹੋ ਜਾਣੀ ਹੈ। ਜੇ ਜ਼ਿਆਦਾ ਹੱਦੋਂ ਵੱਧ ਛੋਟਾ ਸੋਫਾ ਵੀ ਹੋਊਗਾ ਉਹ ਵੀ ਨਹੀਂ ਇੱਥੇ ਤੁਹਾਨੂੰ ਤੁਹਾਡੀ ਕੰਫਰਟ ਦੇ ਹਿਸਾਬ ਨਾਲ ਸਹੀ ਰਹਿਣਾ। ਸੇਮ ਥਿੰਗ ਵਿਦ ਦਾ ਲੈਗਸ, ਲੈਗਸ ਵੀ ਤੁਸੀਂ ਆਪਣੀ ਮਰਜ਼ੀ ਦੀਆਂ ਚੂਜ਼ ਕਰਨੀਆਂ ਵਾ ਆਪਣੀ ਹਾਈਟ ਦੇ ਹਿਸਾਬ ਨਾਲ। ਜੇ ਤੁਹਾਡੀ ਥੋੜ੍ਹੀ ਹਾਈਟ ਜ਼ਿਆਦਾ ਆ ਤਾਂ ਥੋੜ੍ਹੀ ਜਿਹੀ ਲੈਗਸ ਹਾਈ ਚੂਜ਼ ਕਰੋ ਤਾਂ ਕਿ ਜਦੋਂ ਤੁਸੀਂ ਬੈਠਣਾ ਵਾ ਜਾਂ ਸਪੈਸ਼ਲੀ ਜਿਸ ਘਰ ਵਿੱਚ ਆਪਣੇ ਲਾਈਕ ਜਿੱਦਾਂ ਓਲਡ ਬਜ਼ੁਰਗ ਹੁੰਦੇ ਆ, ਬਜ਼ੁਰਗ ਬੀਬੀਆਂ ਜਾਂ ਭੈਣਾਂ ਜਿਹੜੇ ਹੁੰਦੀਆਂ ਬੈਠੀਆਂ ਹੁੰਦੀਆਂ, ਉਹਨਾਂ ਨੂੰ ਜਿੰਨੇ ਨੀਵੇਂ ਸੋਫੇ ਦੇ ਉੱਪਰੋਂ ਬੈਠਣਾ ਉੱਠਣ ਦੇ ਵਿੱਚ ਬੈਕ ਪੇਨ ਦੀ ਪ੍ਰੋਬਲਮ ਆਉਂਦੀ ਆ, ਥੋੜ੍ਹਾ ਜਿਹਾ ਹਾਰਡ ਅਤੇ ਥੋੜ੍ਹਾ ਜਿਹਾ ਉੱਚਾ ਸੋਫਾ ਹੋਊਗਾ ਅਤੇ ਉਹ ਬੈਠਣ ਉੱਠਣ ਦੇ ਵਿੱਚ ਸਪੈਸ਼ਲੀ ਫੈਮਿਲੀ ਰੂਮ ਦੇ ਵਿੱਚ ਤੁਹਾਨੂੰ ਬੈਟਰ ਰਹੂਗਾ। ਅਤੇ ਇੱਦਾਂ ਹੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਜਿਹੜੀ ਇਹਦੀ ਸੋਫੇ ਦੀ ਆਰਮ ਆ, ਆਰਮ ਚੂਜ਼ ਕਰਨ ਲੱਗਿਆ ਤੁਸੀਂ ਬਹੁਤ ਧਿਆਨ ਰੱਖਣਾ ਕਿਉਂਕਿ ਸੈਕਸ਼ਨਲ ਸੋਫੇ ਦੀ ਆਰਮ ਹੀ ਇੱਕ ਹਿਸਾਬ ਦਾ ਡਿਜ਼ਾਈਨ ਹੁੰਦਾ, ਕਿਉਂਕਿ ਸਿਰਫ ਦੋ ਆਰਮਸ ਆਉਂਦੀਆਂ, ਇੱਕ ਦੂਜੀ ਸਾਈਡ 'ਤੇ ਅਤੇ ਇੱਕ ਇਸ ਸਾਈਡ 'ਤੇ। ਸੋ ਤੁਸੀਂ ਜੇ ਫਲੈਟ ਟਰੈਕ ਮਾਡਰਨ ਡਿਜ਼ਾਈਨ ਇੱਦਾਂ ਦੀ ਲਓਗੇ ਇਹ ਐਵਰਗ੍ਰੀਨ ਰਹੂਗੀ। ਰਾਊਂਡ ਆਰਮ ਅਸੀਂ ਬਹੁਤ ਘੱਟ ਰਿਕਮੈਂਡ ਕਰਦੇ ਹਾਂ, ਅਤੇ ਜਾਂ ਤੁਸੀਂ ਟਰੈਕ ਆਰਮ ਲੈ ਸਕਦੇ ਹੋ ਸਲੋਪ ਵਾਲੀ, ਉਹ ਵੀ ਗੁੱਡ ਲੱਗਦੀ ਹੈ। ਬੈਕ ਦੇ ਵਿੱਚ ਤੁਸੀਂ ਪਲੇਨ ਬੈਕ ਲੈਣੀ ਹੈ ਇਸੇ ਨੂੰ, ਇਹਦੀ ਸੀਟ ਦੇ ਵਿੱਚ ਇੱਦਾਂ ਕ੍ਰੋਸ ਸਟਿਚ ਪਾਉਣਾ ਵਾ। ਇਹਦੀ ਡੈਪਥ ਜੇ ਤੁਸੀਂ ਕਹੋ ਕਿ ਥੋੜ੍ਹੀ ਜਿਹੀ ਸਾਨੂੰ ਜ਼ਿਆਦਾ ਡੈਪਥ ਚਾਹੀਦੀ ਆ, ਸੀਟਾਂ ਛੋਟੀਆਂ ਛੋਟੀਆਂ ਦੀ ਜਗ੍ਹਾ 'ਤੇ ਇੱਕ ਲੰਮੀ ਸੀਟ ਪਾਉਣੀ ਆ ਜਾਂ ਦੋ ਸੀਟਾਂ ਪਾਉਣੀਆਂ ਵਾ, ਕੱਪੜਾ ਗ੍ਰੇ ਲੈਣਾ ਜਾਂ ਬਰਾਊਨ ਲੈਣਾ ਜਾਂ ਵਾਟ ਐਵਰ ਤੁਹਾਡੀ ਮਰਜ਼ੀ ਦਾ ਜਿਹੜਾ ਤੁਹਾਨੂੰ ਟੱਚ ਵਾਲਾ ਫੈਬਰਿਕ ਚਾਹੀਦਾ ਉਹ ਵੀ ਤੁਸੀਂ ਇੱਥੇ ਚੂਜ਼ ਕਰ ਸਕਦੇ ਹੋ। ਜਾਂ ਇਹ ਚੀਜ਼ਾਂ ਦਾ ਤੁਸੀਂ 3-4 ਜਿਹੜੀਆਂ 5 ਦੱਸੀਆਂ, ਤੁਹਾਨੂੰ ਇਹਨਾਂ ਦਾ ਤੁਸੀਂ ਮੇਨ ਧਿਆਨ ਰੱਖੋਗੇ ਅਤੇ ਤੁਹਾਡੇ ਸੋਫੇ ਦੀ ਲਾਈਫ ਐਟਲੀਸਟ 5-10 ਸਾਲ ਘੱਟੋ ਘੱਟ ਹੋਊਗੀ। ਇੱਦਾਂ ਨਹੀਂ ਕਿ ਜਿੱਦਾਂ ਆਪਾਂ ਨੋਰਮਲੀ, ਮੇਰੇ ਕੋਲ ਵੀ ਇੱਥੇ ਕਈ ਵਾਰੀ ਕਸਟਮਰ ਆਉਂਦੇ ਕਹਿੰਦੇ 2 ਸਾਲ ਬਾਅਦ ਸਾਡੀਆਂ ਸੀਟਾਂ ਜਾਂ ਸਪਰਿੰਗ ਹੀ ਵਿੱਚ ਬੈਠ ਗਏ, ਇੱਦਾਂ ਲੱਗਦਾ ਜਿੱਦਾਂ 10 ਸਾਲ ਪੁਰਾਣਾ ਸੋਫਾ ਹੁੰਦਾ। ਜੀ ਹੁਣ ਜਿੱਦਾਂ ਆਪਾਂ ਚੇਅਰਸ ਵੀ ਪਤਾ ਆ ਕਿ ਆਪਾਂ ਜਦੋਂ ਆਪਣੇ ਘਰ ਦੇ ਵਿੱਚ ਸੋਫੇ ਲੈਣੇ ਆ, ਨਾਲ ਐਕਸਨ ਚੇਅਰਸ ਜਾਂ ਓਟਮਨ ਜਿਹੜੇ ਸਟੋਰੇਜ ਜਾਂ ਵਿਦਆਊਟ ਸਟੋਰੇਜ, ਉਹ ਪ੍ਰਿੰਟ ਵਿੱਚ ਜਾਂ ਪਲੇਨ ਵਿੱਚ ਕੰਬੀਨੇਸ਼ਨ ਬਣਾ ਕੇ ਉਹ ਵੀ ਇੱਕ ਸੋਫੇ ਦੀ ਲੁੱਕ ਨੂੰ ਬਹੁਤ ਇਨਹੈਂਸ ਕਰਦੇ ਆ, ਜਾਂ ਰੂਮ ਦੀ ਲੁੱਕ ਹੀ ਇੱਕ ਹਿਸਾਬ ਦੀ ਡਿਫਰੈਂਟ ਲੱਗਣ ਲੱਗ ਪੈਂਦੀ ਆ ਚੇਅਰਸ ਦੇ ਨਾਲ, ਐਕਸਟੈਂਟ ਚੇਅਰ ਦੇ ਨਾਲ। ਸੋ ਐਕਸਟੈਂਟ ਚੇਅਰ ਚੂਜ਼ ਕਰਦੇ ਟਾਈਮ ਵੀ ਤੁਸੀਂ ਧਿਆਨ ਰੱਖਣਾ ਆ, ਜੇ ਆਪਣੀ ਜਗ੍ਹਾ ਛੋਟੀ ਆ ਉੱਥੇ ਆਪਾਂ ਜ਼ਿਆਦੀਆਂ ਹੱਦ ਤੋਂ ਵੱਧ ਵੱਡੀਆਂ ਚੇਅਰਸ ਰੱਖ ਲਈਆਂ, ਉਹਨੇ ਇੱਕ ਤਾਂ ਤੁਹਾਡੇ ਰੂਮ ਨੂੰ ਕੰਜਸਟਡ ਕਰ ਦੇਣਾ ਵਾ, ਚਾਹੇ ਉਹ ਤੁਸੀਂ $5000
ਤੇ ਲਿਟਲ ਬਿਟ ਉਹਦੇ ਚ ਅਗਰੈਸ਼ਨ ਹੋਵੇ, ਉਦਾਂ ਦੀਆਂ ਚੇਅਰ ਦਾ ਕਲਰ ਹੋਵੇ ਤੇ ਉਹ ਐਵਰਗ੍ਰੀਨ ਵੀ ਲੱਗੂਗੀ ਤੇ ਪਈ ਵੀ ਉੱਥੇ ਸੋਹਣੀ ਲੱਗਦੀ ਆ। ਹੁਣ ਜਿਹੜੀ ਚੇਅਰ ਦੇ ਉੱਪਰ ਮੈਂ ਬੈਠਾ ਆ, ਇਹਦੀ ਵਿੰਗਸ ਆ ਤੇ ਨਾਲ ਬੈਕ ਦੇ ਉੱਪਰ ਟਫਟਿੰਗ ਹੋਈ ਆ। ਇਹ ਟਫਟਿੰਗ ਵਾਲੇ ਡਿਜ਼ਾਈਨਾਂ ਦੇ ਸਾਰਿਆਂ ਦੇ ਨਾਲ ਇੱਦਾਂ ਦੀ ਜਾਂਦੀ ਆ। ਜੇ ਤੁਸੀਂ ਪਲੇਨ ਪਿੱਲੋ ਬੈਕ ਵਾਲੇ ਕੋਈ ਡਿਜ਼ਾਈਨ ਲੈਣੇ ਆ, ਉਹਦੇ ਵਿੱਚ ਤੁਸੀਂ ਮੇਕ ਸ਼ੋਰ ਕਿ ਤੁਸੀਂ ਬੈਕ ਦੇ ਉੱਪਰ ਚਾਹੇ ਟਫਟਿੰਗ ਕਰਾਉਣੀ ਜਾਂ ਨਹੀਂ ਕਰਾਉਣੀ, ਤੁਹਾਡੀ ਮਰਜ਼ੀ ਆ, ਅਤੇ ਤੁਸੀਂ ਉਹਨੂੰ ਲਿਟਲ ਬਿਟ ਪ੍ਰਿੰਟ ਦੇ ਵਿੱਚ ਵੀ ਐਡ ਕਰ ਸਕਦੇ, ਚਾਹੇ ਆਊਟਸਾਈਡ ਪ੍ਰਿੰਟ ਐਡ ਕਰ ਲਓ। ਅਨਦਰ ਥਿੰਗ, ਜੇ ਤੁਹਾਡੇ ਕੋਲ ਜਗ੍ਹਾ ਜ਼ਿਆਦਾ ਨਹੀਂ ਹੈਗੀ, ਤੁਸੀਂ ਛੋਟੇ ਸਕੁਏਅਰ ਜਾਂ ਰਾਊਂਡ ਓਟਮਨ ਉੱਥੇ ਬਣਾ ਕੇ ਰੱਖ ਲਓ, ਉਹਦੇ ਵਿੱਚ ਪ੍ਰਾਈਜ਼ ਵੀ ਥੋੜ੍ਹੀ ਜਿਹੀ ਉਹਨਾਂ ਦੀ ਠੀਕ ਪੈਂਦੀ ਆ ਅਤੇ ਉਹ ਤੁਹਾਡੀ ਕੰਜਸਟਡ ਜਿਹਾ ਵੀ ਨਹੀਂ ਕਰਨਗੇ ਰੂਮ ਨੂੰ। ਸੋ ਇਹ ਦੋ ਚੀਜ਼ਾਂ ਦਾ ਵੀ ਤੁਸੀਂ ਸੋਫਿਆਂ ਦੇ ਨਾਲ ਨਾਲ ਇਹਨਾਂ ਦੋ ਤਿੰਨ ਚੀਜ਼ਾਂ ਦਾ ਵੀ ਧਿਆਨ ਰੱਖਣਾ ਵਾ ਜਦੋਂ ਤੁਸੀਂ ਸੋਫੇ ਲੈਣੇ ਆ, ਕਿ ਚੇਅਰ ਜਾਂ ਓਟਮਨ ਤੁਹਾਡੀ ਲੁੱਕ ਨੂੰ ਕਿੱਦਾਂ ਦਾ ਕਰਨਾ। Watching Channel Y, a South Asian Canadian channel.